ਨੁਮਾਇੰਦਗੀ ਵਾਸਤੇ ਮੈਂ ਇਹਨਾਂ ਨੇ ਮੈਨੂੰ ਮੇਰਾ ਦੀ ਨੁਮਾਇੰਦਗੀ ਕਰਨੀ ਆ। ਏਸੀ ਸਾਹਿਬ ਦਾ ਡਾਲਾ ਆਇਆ, ਡੀਸੀ ਸਾਹਿਬ ਨੇ ਭੇਜਿਆ, ਠੀਕ ਹੈ, ਬਕਾਇਆ ਜਿੰਨਾ ਵੀ ਮੀਡੀਆ ਵੇ, ਠੀਕ ਹੈ, ਬਕਾਇਆ ਮੈਂ ਕਿਸੇ ਨੂੰ ਬਿਆਨ ਨਹੀਂ ਦਿੱਤਾ ਹੈ, ਪਰ ਮੈਂ ਬਿਆਨ ਇਹ ਚੀਜ਼ਾਂ ਦੇ ਰਹੀ ਹਾਂ। ਮੈਂ ਖਵਾਜਾ ਸਰਾਵਾਂ ਵਾਸਤੇ ਰਾਸ਼ਨ ਲੈਣ ਜਾਂਦੀ ਹਾਂ, ਦਫ਼ਤਰਾਂ 'ਚ ਜਾਂਦੀ ਹਾਂ, ਮੈਂ ਕਿਸੇ ਨੂੰ ਟੱਕਾ ਨਹੀਂ ਚੀਜ਼ਾਂ ਲਾਉਂਦੀ, ਪਰ ਉੱਥੇ ਜਿਹੜਾ ਬਲਾਲ ਬੱਟ ਸਾਹਿਬ ਦੇ ਜਿਹੜਾ ਅਮਲਾ ਸੀ, ਉਹਨਾਂ ਨੇ ਮੈਨੂੰ ਬੱਟ ਸਾਹਿਬ ਵੀ ਉੱਥੇ ਮੌਜੂਦ ਖਾਣੇ ਦੇ ਉੱਤੇ ਬੈਠੇ ਸਨ ਖਾਣੇ ਦੇ ਟਾਈਮ, ਅਤੇ ਬਕਾਇਆ ਉਹਨਾਂ ਨੇ ਮੈਨੂੰ ਜਿਹੜਾ ਉੱਥੇ ਅੰਬਲਾ ਸੀ ਉਹਨਾਂ ਨੇ ਮੈਨੂੰ ਨਚਾਇਆ, ਉਹਨਾਂ ਨੇ ਮੇਰਾ ਡਾਂਸ ਕਰਵਾਇਆ, ਮੇਰਾ ਮਜ਼ਾਕ ਕੀਤਾ ਗਿਆ, ਮੇਰੀ ਸੋਸ਼ਲ ਮੀਡੀਆ ਉੱਤੇ ਪੂਰੀ ਦੁਨੀਆ ਉੱਤੇ ਮੈਨੂੰ ਛਿੱਤਰਾਂ ਜੁੱਤੀਆਂ ਤੋਏ ਤੋਏ ਹੁੰਦੀ ਪਈ ਖਵਾਜਾ ਸਰਾਵਾਂ ਦੀ, ਖਵਾਜਾ ਸਰਾ ਪੂਰੇ ਪਾਕਿਸਤਾਨ ਦੀ ਮੈਨੂੰ ਧਮਕੀਆਂ ਮਿਲ ਰਹੀਆਂ ਨੇ, ਠੀਕ ਹੈ, ਮੈਂ ਕਿਰਾਏ ਦੇ ਮਕਾਨ ਤੇ ਰਹਿ ਰਹੀ ਹਾਂ, ਨਾ ਮੇਰੇ ਅੰਮੀ ਨੇ ਨਾ ਮੇਰੇ ਅੱਬੂ ਨੇ, ਠੀਕ ਹੈ, ਪਰ ਮੈਨੂੰ ਪ੍ਰਾਈਮ ਮਿਨਿਸਟਰ ਮੈਨੂੰ ਸਕਿਉਰਟੀ ਦੇਵੇ, ਚੀਫ ਜਸਟਿਸ ਸਾਹਿਬ ਮੈਨੂੰ ਸਕਿਉਰਟੀ ਦੇਣ ਇਹ ਚੀਜ਼ ਦੀ, ਪਰ ਮੈਂ ਏਸੀ ਸਾਹਿਬ ਦੇ ਡਾਲੇ 'ਚ ਜਾ ਰਹੀ ਹਾਂ। ਪਿੱਛੇ ਕੀਲ ਗੁੱਜਰ ਸਾਹਿਬ, ਕਮਾਲ ਗੁੱਜਰ ਸਾਹਿਬ ਦੇ ਭਤੀਜੇ ਨੇ, ਠੀਕ ਹੈ, ਤੇ ਏਸੀ ਸਾਹਿਬ ਨੇ ਭੇਜਿਆ ਡਰਾਈਵਰ ਆਪਣਾ, ਇਹਨਾਂ ਨਾਲ ਮੈਂ ਜਾ ਰਹੀ ਹਾਂ, ਮੀਡੀਆ ਵਾਲੇ ਵੀ ਖੜੇ ਨੇ, ਪਰ ਮੈਂ ਜਾ ਰਹੀ ਹਾਂ, ਪਰ ਸਰਕਾਰੀ ਅਫਸਰਾਂ ਵੱਲੋਂ ਧਮਕੀਆਂ ਵੀ ਮਿਲ ਰਹੀਆਂ, ਮੈਨੂੰ ਧਮਕੀਆਂ ਹਰ ਪਾਸੇ ਮੇਰੇ ਧਮਕੀਆਂ ਲਗਾ ਰਹੇ, ਮੇਰੇ ਕਿਸੇ ਨਾਲ